आकाशवाणी जम्मू है बड़े खबरें तुंता स्वागत पहले खास खास खबरें करने मैं पंकज कोहली प्रधानमंत्री नरेंद्र मोदी होरें कुल संसारी दखन ते टकोदा तो तौरे पर अफ्रीका दी चिंताएं की प्राथमिकता देने दा आह्वान कीता मंत्री अमित शाह होरें जम्मू कश्मीर दी सुरक्षा स्थिति दी समीक्षा कीती उन्हें कल 16 जून गी एक उच्ची सतह आली बैठक सद्दी है भ्रष्टाचार विरोधी ब्यूरो ने जम्मू च महकमा माल कस्टोडियन ते पुलिस के अफसरें संबंधित एक बड़े जमीन घोटाले का पता लाया है टी ट्वेंटी क्रिकेट विश्व कप च भारत फ्लोरिडा थार ग्रुप स्टेज के खीरले मैच च कनेडा शर्मा प्रधानमंत्री नरेंद्र मोदी मोदें कुल संसारी दखन के खास करिए अफ्रीका संबंधी चैंताए का नबेड़ा करने की पहल देने का आह्वान किया ਉਨੇ ਵਿਸ਼ਵ ਸਮੁਦਾਇਗੀ ਟੈਕਨੋਲੋਜੀ ਦੇ ਇਕਾਧਿਕਾਰ ਕੀ ਖਤਮ ਕਰਨੇ ਤੇ ਇਸ ਗੱਲਾਂ ਕੀ ਯਕੀਨੀ ਬਣਾਉਣੇ ਲਈ ਆਖਿਆ ਜੇ ਇੱਕ ਸਮਾਵੇਸ਼ੀ ਸਮਾਜ ਦੀ ਪੁਨਿਆਦ ਰੱਖਣੇ ਲਈ ਟੈਕਨੋਲੋਜੀ ਤੋੜੀ ਹਰ ਕੋ ਸੈ ਦੀ ਪਹੁੰਚ ਉਹਨੀ ਲੋੜ ਚ ਦੀ ਹੈ ਤੇ ਸਮਾਜ ਚ ਫਰਕੋ ਫਰਕੀ ਕੀ ਦੂਰ ਕਰਨੇ ਚ ਮਦਦ ਕੀਤੀ ਜਾਣੀ ਚਾਹੀਦੀ ਹੈ ਇਟਲੀ ਦੇ ਅਪੂਲੀਆ ਚ ਲੱਗੇ ਦੇ ਜੀ 7 ਸ਼ਿਖਰ ਸੰਮੇਲਨ ਦੇ ਆਊਟਰੀਚ ਇਜਲਾਸ ਚ ਭਾਸ਼ਣ ਦੇਂਦੀ ਹੋਈ ਸ਼੍ਰੀ ਮੋਦੀ ਉ ਰਾਖਿਆ ਜੇ ਪਾਰ ਦੀ ਅਧਿਐਕਸ਼ਤਾ ਚ अफ्रीकी संघ की G20 की स्थायी मेंबरशिप थ होना भारत ਲਈ ਮਾਨ ਸਨਮਾਨ ਦੀ ਗੱਲ ਹੀ ਸ਼੍ਰੀ ਮੋਦੀ ਉਰਾਖਿਆ ਜੇ ਪਾਰਟ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਪਾਰਦਰਸ਼ੀ ਨਿਰਪੱਖ ਸੁਰੱਖਿਤ ਤੇ ਜ਼ਿੰਮੇਵਾਰ ਬਣਾਉਣ ਲਈ ਸਭਨੇ ਮੁਲਕੇ ਕੰਨਾ ਕੰਮ ਕਰਗੇ ਉਹਨਾਂ ਆਖਿਆ ਜੇ ਊਰਜਾ ਦੇ ਖੇਤਰਾਂ ਚ ਪਾਰਦਾ ਨਜ਼ਰੀਆ ਚੋਂ ਸਿਧਾਂਤ ਉਪਲਬਧਤਾ ਪੁਜਿਤ ਸਮਰਥ ਤੇ ਸਵੀਕਾਰਤਾ ਪਰ ਆਧਾਰਤੇ ਮੋਦੀ ਹੋਰੇ ਸ਼ੇਖਰ ਸੰਮੇਲਨ ਸਭਾ ਬਾਖੋਈ ਹੈ ਇਟਲੀ ਬ੍ਰਿਟੇਨ ਜਾਪਾਨ ਸਮੇਤ ਵਿਸ਼ਵ ਦੇ ਲੀਡਰਿੰਗ ਕਨਾਂ ਵੀ ਮਿਲੇ गृह मंत्री अमित शाह और जम्मू संभाग के रियासी जिले से तीर्थयात्रुओं की बस पर कि हमले सने हाल च किस हो घटनाए मगरा केंद्र शासित प्रदेश जम्मू कश्मीर च मौजूदा हालात की समीक्षा करने कल एक तची सतह आली आठ सदी है बैठक, बैठक च राष्ट्रीय सुरक्षा सलाहकार अजीत डोभाल जम्मू कश्मीर के उपराज्यपाल मनोज सिन्हा सेना सीआरपीएफ दे आला ਅਫਸਰ ਤੇ ਹੋਰ ਵੱਡੇ ਅਫਸਰ ਸ਼ਾਮਲ ਹੋਈ ਸਕਦੇ ਨੇ ਬੈਠਕ ਦੌਰਾਨ ਆਤੰਕੀ ਕਟਨਾਇਂ ਦੀ ਰੋਕਣ ਤੇ ਪੁਟੀਕੇ ਦੀ ਗੈਹੇ ਪਰ ਗੱਲਬਾਤ ਹੋਈ ਸਕਦੀ ਹੈ ਸਮਾਚਾਰ ਏਜੰਸੀ ਪੀਟੀਆਈ ਨੇ ਦੱਸਿਆ ਜੇ ਗ੍ਰਹਿ ਮੰਤਰੀ ਹੋ ਰਹੇ ਜੰਮੂ ਕਸ਼ਮੀਰ ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ ਤੇ ਅਗੜੀ ਕਾਰਵਾਈ ਤੈਅ ਕਰਨੇ ਹਸਤੇ ਇੱਕ ਉੱਚੀ ਸਤਹ ਵਾਲੀ ਬੈਠਕ ਆਯੋਜਿਤ ਕਰਨੇ ਦਾ ਫੈਸਲਾ ਲੇਤਾ ਧਿਆਨਯੋਗ ਹੈ ਜੇ ਇਹਦੇ ਸਭ ਪਹਿਲੇ ਪ੍ਰਧਾਨ ਮੰਤਰੀ ਹੋ ਰਹੇ ਇੱਕ ਬકરી ਮੀਟਿੰਗ ਚ ਸੁਰੱਖਿਆ ਏਜੰਸੀਆਂ ਕੀ ਆਖਿਆ ਹ ਜਿਉ ਕੇਂਦਰ ਸ਼ਾਸਿਤ ਪ੍ਰਦੇਸ਼ ਚ ਅਤੰਗਵਾਦੀਆਂ ਤੇ ਉਹਦੇ ਸਮਰਥਕਾਂ ਖਿਲਾਫ ਪੂਰੀ ਤਾਕਤ ਨਾਲ ਕਾਰਵਾਈ ਕਰਨ ਛਤ੍ਰਗੱਲਾ ਤੇ ਗੰਦੋਚ ਆਲਜੋ ਉਹਦੀ ਆਤੰਕੀ ਘਟਨਾਏ ਮਗਰਾ ਫੌਜ ਪੁਲਸ ਤੇ ਨੀਮ ਫੌਜੀ ਬਲਾਂ ਆਸਿਆ ਡੋਡਾ ਜ਼ਿਲ੍ਹੇ ਦੇ ਬੱਕਬੱਕ ਪਾੜੀ ਇਲਾਕੇ ਚ ਲਗਾਤਾਰ ਤਪਾਸ਼ੀ ਅਭਿਆਨ ਚਲਾਇਆ ਜਾ ਕਰ ਦਇਏ ਆਲਜੋ ਉਹਦੀ ਘਟਨਾ ਚ ਆਤੰਕਵਾਦੀ ਸੱਤੇ ਸੁਰੱਖਿਆ ਕਰਮੀਆਂ ਗੀ ਕਾਲ ਕਰਨੇ ਮਗਰਾ ਨਸਨੇ ਚ ਕਾਮਯਾਬ ਹੋਈ ਗੇ ਹੈ ਤੋਏ ਰਿਆਸੀ ਜ਼ਿਲ੍ਹੇ ਚ 9 ਜੂਨ ਕੀ ਇੱਕ ਯਾਤਰੀਵਾਂ ਦੀ ਬੱਸ ਕੀ ਨਿਸ਼ਾਨਾ ਬਣਾਈਏ ਕੀਤੇ ਗਏ ਆਮਲੇ ਮਗਰਾ ਰਿਆਸੀ ਤੇ ਰਜੌਰੀ ਜ਼ਿਲ੍ਹੇ ਦੇ ਤਿਰਿਥ ਕਾਲਾਕੋਟ ਬੰਨੇ ਪਰ ਵੀ ਤਪਾਸ਼ੀ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ ਸੂਤਰੇ ਦਾ ਅਖਣਾ ਹੈ ਜੇ ਡੋਡਾ ਜ਼ਿਲ੍ਹੇ ਦੇ ਬਖ ਬਖ ਇਸੇ ਖਾਸ ਕਰੀਏ ਜਿਹੜੇ ਗੰਦੋਤ ਤੇ ਛਤਰਗਲਾ ਕੀ ਜਾਣੇ ਵਾਲੇ ਰਸਤੇ ਨੇ ਤਪਾਸ਼ੀ ਅਭਿਆਨ ਚਲਾਇਆ ਜਾਕਰ ਦਇ ਹੈ ਸੂਤਰੇ ਮੁਤਾਬਕ ਆਤਮਵਾਦੀਆਂ ਦਾ ਇੱਕ ਜਾਂ ਦੋ ਗਰੁੱਪ ਹੋਈ ਸਕਦੇ ਨੇ ਮੰਨਿਆ ਜਾਕਰ ਦ ਹੈ ਜੇ ਇਹ ਪਾਕਿਸਤਾਨੀ ਨੇ ਪੁਲਸ ਨੇ ਸਚੋਂ ਆਤੰਗਵਾਦੀਆਂ ਦੇ ਪਹਿਲੇ ਗੈਸਕੇਚ ਜਾਰੀ ਕੀਤੇ ਦਿਨ ਤੇ ਇੰਦੀ ਜਾਣਕਾਰੀ ਦੇਨੇ ਆਲेंगी 2 ਲੱਖ ਰੁਪਏ ਦਾ ਨਾਮ ਦੇਨੇ ਦੀ ਕੋਸ਼ਿਸ਼ ਨਾ ਕੀਤੀ ਗਈ ਹੈ ਕਠੂਆ ਦੇ ਇਰानगर ਸੈਕਟਰ ਚ ਵੀ ਤਪਾਸ਼ੀ ਵਾਲੀ ਕਾਰਵਾਈ ਚਲਾ ਕਰਦੀ ਹੈ 12 12 ਜੂਨ ਕੀ ਹੋਏ ਦੇ ਅਮਲੇ ਚ ਇੱਥੇ ਦੋ ਆਤੰਗਵਾਦੀ ਮਾਰੇ ਗਏ ਹੈ ਤੇ CRPF ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹਾ ਇਸ ਅਮਲੇ 'ਚ ਇੱਕ ਨਾਗਰਿਕ ਚਖਮੀ ਹੋ ਗਿਆ ਹਾ ਜਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਤੇ ਪੁਲਿਸ ਦੇ ਅਧਿਰਕਤ ਮਹਾਨ ਨਿਰਦੇਸ਼ਕ ਆਨੰਦ ਜੈਨੋਰੇ ਸ਼੍ਰੀ ਅਮਰਨਾਥ ਜੀ ਯਾਤਰਾ ਕੀ ਏਰਮਾਨਦਾਰੀ ਕਰਨੇ ਕਰਵਾਉਣੇ ਬਾਰੇ ਕੱਲ ਸਿਵਲ ਸੁਸਾਇਟੀ ਜੰਮੂ ਦੇ ਮੈਂਬਰਾਂ ਕਨੇ ਇੱਕ ਮੀਟਿੰਗ ਲਾਈ ਇਸ ਮੀਟਿੰਗ 'ਚ ਜੰਮੂ ਖੇਤੇ 'ਚ ਮੌਜੂਦਾ ਹਾਲਾਤ ਦੇ ਸਰਬੰਧੇ 'ਚ ਗਲਤ ਜਾਣਕਾਰੀ ਕਰਨੇ ਨਿਪਟਣੇ ਬਾਰੇ ਵੀ ਸੋਚ ਵਿਚਾਰ ਕੀਤਾ ਗਿਆ ਮੀਟਿੰਗ 'ਚ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਹੋ ਰਹੇ ਸ਼੍ਰੀ ਅਮਰਨਾਥ ਜੀ ਯਾਤਰਾ ਦੀ ਕਾਮਯਾਬੀ ਤੇ ਇਮਾਨਦਾਰੀ ਕਾਇਮ ਕਰਵਾਉਣੇ ਲਈ ਆਮ ਜਨਤਾ ਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕੀਤਾ। ਏਡੀਜੀਪੀ ਜੰਮੂ ਰੈ ਸਿਵਲ ਸਮਾਜ ਦੇ ਮੈਂਬਰੇ ਕਨੇ ਗੱਲਬਾਤ ਕਰਦੇ ਹੋਈ ਇਹ ਅਪੀਲ ਕੀਤੀ ਜੇ ਸਿਵਲ ਸਮਾਜ ਦੇ ਮੈਂਬਰ ਤੇ ਆਮ ਜਨਤਾ ਕੁਸੇ ਸੂਚਨਾ ਪਰ ਉਲੇ ਤੋੜੀ ਭਰੋਸਾ ਨਹੀਂ ਕਰਨ ਜਿਲੇ ਤੋੜੀ ਉਹਦੀ ਅਧਿਕਾਰਿਕ ਤੌਰ ਪਰ ਤਸਦੀਕ ਨਹੀਂ ਹੋਈ ਜਾਂਦੀ ਮੀਟਿੰਗ ਚ ਕਾਰੋਬਾਰੀਆਂ ਦੀ ਆਪਣੀ ਦੁਕਾਨਾਂ ਤੇ ਧਾਰਮਿਕ ਤੇ ਪਰਉਪਕਾਰੀ ਸੰਸਥਾਵਾਂ ਦੀ ਆਪਣੇ ادارے ਦੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਲਵਾਣੇ ਦੀ ਜ਼ਰੂਰਤ ਹੈ ਪਰ ਜ਼ੋਰ ਭਰਿਆ ਗਿਆ 7 ਜੂਨ ਕੀ ਖਤਮ ਹੋਏ ਦੇ ਹਫਤੇ ਚ ਪਰਦਾ ਵਿਦੇਸ਼ੀ ਮੁਦਰਾ ਪੰਡਾਰ 4 ਅਰਬ 307 ਕਰੋੜ ਡਾਲਰ ਵਧੀ ਹੈ ਆਪਣੇ ਸਬਨੇਸ਼ਾ ਉੱਚੇ ਸਤਰ 655 ਅਰਬ 817 ਕਰੋੜ ਡਾਲਰ ਹੋਈ ਗਿਆ ਹੈ ਇਦੇ ਸ਼ਾ ਪਹਿਲੇ ਹਫਤੇ ਚ ਮੁਦਰਾ ਪੰਡਾਰ 4 ਅਰਬ 837 ਕਰੋੜ ਡਾਲਰ ਵਧੀ ਹੈ 650 ਅਰਬ ਕੁੰਜਾ ਕਰੋੜ ਡਾਲਰ ਹੋਈ ਗਿਆ ਹ ਮੁਦਰਾ ਪੰਡਾਰ ਦਾ ਪਿਛਲਾ ਸਭ ਤੋਂ ਉੱਚਾ ਸਤਰ 10 ਮੇਗੀ 648 ਅਰਬ 88 ਕਰੋੜ ਡਾਲਰ ਹ ਵਿਦੇਸ਼ੀ ਮੁਦਰਾ ਪੰਡਰਾਰਜ ਪਿਛਲੇ ਕਿਸ਼ ਹਫਤੇ ਚ ਸ਼ਾਇਦ ਬਾਦਾ ਦਰਜ ਕੀਤਾ ਗਿਆ ਹੈ ਮੁੱਖ ਸਕੱਤਰ ਆਟਲ ਡੁੱਲੂਰ ਹੈ ਮਾਈ ਗੋਵ ਪੋਰਟਲ jk.mygov.in ਪਰ ਜੰਮੂ ਕਸ਼ਮੀਰ ਦੇ ਬਸਨੀਕੇ ਤਾਈ 21 ਜੂਨ ਕੀ ਮਨਾਏ ਜਾਣ ਵਾਲੇ ਦਸਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੇ ਉਪਲਕਸ਼ ਕੱਲ ਨੀਕਾ ਆਨਲਾਈਨ ਮੁਕਾਬਲੇ ਰੰਭ ਕਰਵਾਏ। ਇਹ ਖਬਰਾਂ ਤੋਂ ਆਕਾਸ਼ਵਾਨੀ ਜੰਮੂਪੁਰਾ ਸੁਣਾ ਕਰ ਦਿਓ। ਬਾਕੀ ਦੀ ਖਬਰਾਂ ਕਰਨੇ ਪੰਕਜ ਕੋਲੀ। ਭ੍ਰਸ਼ਟਾਚਾਰ ਵਿਰੋਧੀ ਬਿਊਰੋ ACB ਨੇ ਜੰਮੂਚ ਇੱਕ ਵੱਡਾ ਜਿਮਿੰਗੋਟਾਲੇ ਦਾ ਪਰਦਾਫਾਸ਼ ਕੀਤਾ। ਇਸ ਕੋਟਾਲੇ 교육 ਸਰਕਾਰੀ ਅਫਸਰਾਂ ਦੀ ਮਿਲੀ ਭਗਤ ਕਨੇਪੂ ਮਾਫੀਆ ਸੈ ਆਰਪੀ ਦੇ 28 ਏਕੜ ਸ਼ਬਾਦ ਜ਼ਮੀਨ ਸ਼ਾਮਲ ਹੈ ਜਾਂਚ ਏਜੰਸੀ ਨੇ ਸਰਕਾਰੀ ਅਧਿਕਾਰੀਆਂ ਸਨ ਪੰਜ ਐਫ ਆਈ ਆਰਾਂ ਦਰਜ ਕੀਤੀਆਂ ਤੇ ਕੋਟਾਲੇ ਚ ਕਠਿਤ ਟੋਰਾ ਪਰ ਸ਼ਾਮਿਲ આરોપીਾਂ ਖਿਲਾਫ ਛਾਪੇਮਾਰੀ ਵੀ ਕੀਤੀ ਗਈ ਹੈ ਕੱਲ ਪੱਤਰਕਾਰਾਂ ਗੀ ਸਮੋਦੀਤ ਕਰਦੀ ਹੋਈ ਏਸੀਬੀ ਜੰਮੂ ਦੇ ਡੀ ਆਈ ਜੀ ਵਿਕਾਸ ਗੁਪਤਾ ਹੋਰਿੰਦਸਿਆ ਜੇ ਮਾਮਲੇ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਜੇ ਜੰਮੂ ਜ਼ਿਲ੍ਹੇ ਦੇ ਅਸਰਵਾ ਮਿਸ਼ੀਵਾਲਾ ਤੇ ਪਲਵਾਲ ਇਲਾਕੇ ਚ 251 ਕਨਾਲ ਕਸਟੋਡੀਅਨ ਜ਼ਮੀਨਗੀ ਪੂ ਮਾਫੀਆ ਨੇ ਕਸਟੋਡੀਅਨ ਰਾਜਸਵ ਤੇ ਪੁਲਿਸ ਮਹਿਕਮੇ ਦੇ ਅਧਿਕਾਰੀਆਂ ਦੀ ਮਿਲੀ ਭਗਤ ਕਨੇੜਪਿਲਾਤਾ ਸ਼ਿ ਗੁਪਤੌਰ ਨੇ ਦੱਸਿਆ ਜੇ ਟੋੜੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਤੇ ਪਟਵਾਰੀਆਂ ਸਨ 8710 ਸੇਵਾਰਤ ਤੇ ਰਿਟਾਇਰਡ ਹੋ ਚੁਕੇ ਦੇ ਮਹਿਕਮਾ ਮਾਲ ਦੇ ਅਫਸਰਾਂ ਦੀ ਐਫ ਆਈ ਆਰ ਚ ਨਾਮਜ਼ਦ ਕੀਤਾ ਹੈ ਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ जी अष्टमी ਦੇ ਪਵਿੱਤਰ ਮੌਕੇ ਪਰ ਜੰਮੂ ਕਸ਼ਮੀਰ ਦੇ ਲੈਫਟੇਨੈਂਟ ਗਵਰਨਰ ਮਨੋਜ ਸੀਨਾਵਰੇ ਕੱਲ ਗਾਂਦਰਬਲ ਜ਼ਿਲ੍ਹੇ ਦੀ ਤਲਮਲਾਥਾਰ ਮਾਤਾ ਖੀਰਪਵਾਨੀ ਮੰਦਿਰ ਚ ਯਾਤਰੀ ਪਵੰਦਾ ਨੀਂ ਪੱਥਰ ਰੱਖਿਆ ਲੈਫਟੇਨੈਂਟ ਗਵਰਨਰ ਹੋਰੇ ਮਾਤਾ ਖੀਰਪਵਾਨੀ ਹੁੰਦੇ ਅੱਗੇ ਮੱਥਾ ਟੇਕਿਆ ਤੇ ਅਮਨ ਸ਼ਾਂਤੀ ਖੁਸ਼ਹਾਲੀ ਤੇ ਸਭਨੇ ਦੇ ਨਿਰੋਇਪਨ ਦੀ ਕਾਮਨਾ ਕੀਤੀ ਉਹਨੇ ਸਰਦਾਲਾਂ উইਕਨੇ ਗੱਲਬਾਤ ਕੀਤੀ ਤੇ ਪਵਿੱਤਰ ਮੌਕੇ ਪਰ ਉਹਨੇ ਗੀ ਮਮਾਰਖਾਂ ਦਿੱਤੀਆਂ ਲੈਫਟੀਨੈਂਟ ਗਵਰਨਰ ਹੋਰੇ ਸਮਾਚਾਰ ਮਾਧਿਅਮ ਕਰਨੇ ਗੱਲ ਕਾਟ ਕਰਦੇ ਹੋਈ ਮਾਤਾ ਖੀਰ ਭਵਾਨੀ ਦੇ ਸ਼ਰਧਾਲੂਆਂ ਲਈ ਸਹੂਲਤਾਂ ਚ ਵਾਧਾ ਕਰਨੇ ਦੇ ਪ੍ਰਸ਼ਾਸਨ ਦੇ ਤੇ ਯਗੀ ਦੁਹਰਾਇਆ ਉਹਨੇ ਆਖਿਆ ਜੇ ਯਾਤਰੀ ਭਵਨ ਦਾ ਨਿਰਮਾਣ 3 ਕਰੋੜ 85 ਲੱਖ ਰੁਪਏ ਦੀ ਲਾਗਤ ਕਰਨੇ ਕੀਤਾ ਜਾਗੇ ਦੇ ਕਨੇ ਸ਼ਰਧਾਲੂਆਂ ਦੀ ਨਾ ਛੜਾ ਆਰਾਮਦਾਇਕ ਯਾਤਰਾ ਦਾ ਅਹਿਸਾਸ ਹੋਗ ਸਗੋਂ ਇੱਥੇ ਸਾਫ ਸਫਾਈ ਦੀ ਸਹੂਲਤਾਂ ਚ ਵੀ ਵਾਧਾ ਹੋਗ ਉਹਨੇ ਮੇਤ ਪ੍ਰਗਟ ਕੀਤੀ ਜੇ ਅਗਲੇ 8 ਮਹੀਨੇ ਚ ਇਸ ਭਵਨ ਦਾ ਨਿਰਮਾਣ ਹੋਈ ਜਾਗ ਕਸ਼ਮੀਰ ਦੇ ਰક્ષਕ ਖੁਆਏ ਜਾਣ ਵਾਲੇ ਮਹਾਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਰਜਿੰਦਰ ਸਿੰਘ ਹੰਦਾ 155ਵਾਂ ਜਨਮ ਦਿਹਾੜਾ ਕੱਲ ਉਹਦੇ ਜੱਦੀਗਰਾਂ ਰਜਿੰਦਰਪੁਰਾ ਬਗੂਨਾ ਜ਼ਿਲ੍ਹਾ ਸੰਭਾਚ ਮਨਾਇਆ ਗਿਆ ਜੰਮੂ ਕਸ਼ਮੀਰ ਐਕਸ ਸਰਵਿਸਮੈਨ ਲੀਗ ਤੇ ਸੰਭਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਕਨੇ ਆਯੋਜਿਤ ਇਸ ਕਾਰਜਕ੍ਰਮ ਚ ਡੀਸੀ ਸੰਭਾ ਅਭਿਸ਼ੇਕ ਸ਼ਰਮਾ ਔਰ ਬਟੌਰ ਮੁਖ ਪ੍ਰੋਣੇ ਮੌਜੂਦ ਹੈ ਕਾਰਜਕ੍ਰਮ ਚ ਬ੍ਰਿਗੇਡੀਅਰ ਰਜਿੰਦਰ ਸਿੰਘ ਜੀ ਹੰਦੇ ਪਰਿਵਾਰ ਦੇ ਮੈਂਬਰਾਂ ਤੇ ਮੰਨੇ ਪਰਮੰਨੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਧਿਆਨ ਦਿਓ ਕਿ 14 ਜੂਨ 1899 ਚ ਬਗੂਨਾ ਚ ਜਨਮੇ ਦੇ ਬ੍ਰਿਗੇਡੀਅਰ ਰਜਿੰਦਰ ਸਿੰਘ ਔਰ 26 ਤਾਈ ਅਕਤੂਬਰ 1947 ਚ ਕਸ਼ਮੀਰ ਦੇ ਉੜੀ ਸੈਕਟਰ ਦੀ ਬੁਨਿਆਦ ਥਾਰ ਪਾਕਿਸਤਾਨੀ ਕਬਾਲੀਆਂ ਕਨੇ ਲੋਆ ਲੈਂਦੇ ਹੋਈ ਸ਼ਹੀਦ ਹੋਈ ਗਏ। ਉਹਨੇ ਕੀ ਅਰੁਧਮਾ ਗਏ ਕਸ਼ਮੀਰ ਦੇ ਰਖਸ਼ਕ ਦੇ ਨਾਂ ਕਨੇ ਜਾਣਿਆ ਜਾਂਦਾ ਹੈ ਇਸ ਮੌਕੇ ਬੋਲਦੇ ਹੋਈ ਸਾਂਭਾ ਦੇ ਡੀਸੀ ਅਭਿਸ਼ੇਕ ਸ਼ਰਮਾ ਤੇ ਲੈਫਟੇਨੈਂਟ ਜਨਰਲ ਜੰਮੂ ਕਸ਼ਮੀਰ ਐਕਸਰਵਿਸਮੈਨ ਲੀਗ ਰਕੇਸ਼ ਸ਼ਰਮਾ ਨੇ ਆਖਿਆ आगे की जनरेशन को ये मैसेज आए कि ब्रिगेडियर राजेंद्र सिंह के बारे में जाने और उनका जो इतिहास रहा है उसे हम सेलिब्रेट करें उसे हम आज के दिन याद करें ट्रिब्यूट दें और क्या किया जा सकता है इस पे विचार करें ब्रिगेडियर राजेंद्र सिंह के लिए हम दो तीन चीजें डिमांड करना चाहते हैं हमारी जो सबसे पहली डिमांड है ब्रिगेडियर राजेंद्र सिंह का जो बलिदान दिवस होता है उसको स्टेट फंक्शन डिक्लेयर किया जाए और दूसरा जहाँ से नेशनल हाईवे शुरू होता है वहाँ पर एक बड़ा मॉन्यूमेंटल द्वार बनाया जाए और ब्रिगेडियर राजेंद्र सिंह का हर एक स्कूल की किताबों ਦੋਨੋਂ ਕੇ ਵਿੱਚ ਮੇ ਇੱਕ ਚੈਪਟਰ ਹੋਣਾ ਚਾਹੀਏ ਜੋ ਕਿ ਬੱਚੇ ਪੜ੍ਹੇ ICC ਮਰਦਾਂ ਦੇ T20 ਕ੍ਰਿਕਟ ਵਿਸ਼ਵ ਕੱਪ ਚ ਪਾਇਰਲੈਂਡ ਖਿਲਾਫ ਗਰੁੱਪ A ਦਾ ਮਤ ਵਾਲਾ ਮੈਚ ਕੱਲ ਲਗਾਤਾਰ ਬਰਾਰ ਦੀ ਬਰਖਾ ਕਰੀ ਹੈ ਰੱਦ ਹੋਣੇ ਪ੍ਰੰਤ USA ਸੁਪਰ 8 ਚਰਨ ਵਿੱਚ ਪੁੱਜੀ ਗਿਆ ਹੈ ਸਾਬਕਾ ਚੈਂਪੀਅਨ ਪਾਕਿਸਤਾਨ ਤੇ ਆਇਰਲੈਂਡ ਸੁਪਰ 8 ਦੀ ਦਰੋੜ ਥਮਾ ਬਾਹਰ ਹੋਈ ਗਏ ਭਾਰਤ ਅੱਜ ਫਲੋਰੀਡਾ ਦੇ ਸੈਂਟਰਲ ਬਰਵਾਰਡ ਪਾਰਕ ਸਟੇਡੀਅਮ ਚ ਗਰੁੱਪ ਦੇ ਆਪਣੇ ਖੇਡਲੇ ਮੈਚ ਵਿੱਚ ਕੈਨੇਡਾ ਕਨੇ ਖੇਡੋ खास-खास प्रधानमंत्री नरेंद्र मोदी होल संसारी दखन टकोदे तो तौर तो पर अफ्रीका दिए की प्राथमिकता देने का आह्वान किया गृहमंत्री अमित शाह ने जम्मू कश्मीर दी सुरक्षा दी की सुरक्षा स्थिति की समीक्षा की उन्हें कल 16 जून की एक उच्ची सतह आली मीटिंग सदी है ਭ੍ਰਸ਼ਟਾਚਾਰ ਵਿਰੋਧੀ ਬਿਊਰੋ ਨੇ ਜੰਮੂ ਚ ਮਹਿਕਮਾ ਮਾਲ ਕਸਟੋਡੀਅਨ ਤੇ ਪੁਲਿਸ ਦੇ ਅਫਸਰਾਂ ਕਰਨ ਸਬੰਧਤ ਇੱਕ ਵੱਡੇ ਜ਼ਮੀਂ ਘੁਟਾਲੇ ਦਾ ਪਤਾ ਲਾਇਆ ਹੈ ਤੇ T20 ਕ੍ਰਿਕਟ ਵਿਸ਼ਵ ਕੱਪ ਚ 파ਰਤਾ ਅਜ ਫਲੋਰੀਡਾ ਚ ਗਰੁੱਪ ਸਟੇਜ ਦੇ ਖੀਰਲੇ ਮੈਚ ਚ ਕੈਨੇਡਾ ਕਨ ਖੇਡਗ ਖਬਰਾਂ ਦਾ ਬੁਲੇਟਨ ਸਮਾਪਤ ਹੋਆ